ਸੋ ਪੰਜਾਬ ਦੇ ਵਿੱਚ 5ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਆਏ ਨੇ ਇਸ ਨੂੰ ਲੈ ਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਡਾਇਰੈਕਟਰ ਡਾਕਟਰ ਯੋਵਰਾਜ ਦੇ ਨਾਲ ਸਾਡੇ ਸਹਿਯੋਗੀ ਬਜ਼ਮ ਵਰਮਾ ਜੁੜੇ ਹੋਏ ਨੇ ਸਿੱਧੇ ਉੱਥੇ ਲੈ ਚੱਲਦੇ ਹਾਂ ਗੱਲਬਾਤ ਉਹਨਾਂ ਦੇ ਨਾਲ ਕਰਨਗੇ ਓਵਰ ਟੂ ਯੂ ਬਜ਼ਮ ਬਿਲਕੁਲ ਤੁਹਾਨੂੰ ਦੱਸ ਦਈਏ ਜਿਸ ਤਰੀਕੇ ਨਾਲ ਕੋਰੋਨਾ ਕਾਲ ਚੱਲ ਰਿਹਾ ਇਸ ਦੌਰਾਨ ਰਿਜ਼ਲਟ ਵੀ ਸਾਹਮਣੇ ਆਏ ਨੇ ਫਿਫਥ ਕਲਾਸ ਦੇ ਰਿਜ਼ਲਟ ਜਿਹੜੇ ਸਾਹਮਣੇ ਆ ਚੁੱਕੇ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਡਾਕਟਰ ਯੋਗਰਾਜ ਜੀ ਸਾਡੇ ਨਾਲ ਨੇ ਡਾਕਟਰ ਸਾਹਿਬ ਕਿਉਂਕਿ ਐਗਜ਼ਾਮ ਦੀ ਗੱਲ ਕਰੀਏ ਅੱਜ ਰਿਜ਼ਲਟ ਸਾਹਮਣੇ ਆਇਆ ਕਿਹੋ ਜਿਹੇ ਰਿਜ਼ਲਟ ਰਹੇ ਆ ਅਤੇ ਪਿਛਲੇ ਸਾਲ ਦੇ ਮੁਤਾਬਿਕ ਇਸ ਵਾਰ ਕੀ ਅੱਛੇ ਨੰਬਰ ਜ਼ਿਆਦਾ ਆਏ ਨੇ ਬੱਚਿਆਂ ਦੇ ਜਾਂ ਥੋੜ੍ਹੇ ਘੱਟ ਆਏ ਨੇ ਕਿਉਂਕਿ ਕੋਰੋਨਾ ਕਾਲ ਚੱਲ ਰਿਹਾ ਔਨਲਾਈਨ ਸਿੱਖਿਆ ਹੋ ਰਹੀ ਹੈ ਸਾਰੀ ਚੀਜ਼ ਜਿਹੜੀ ਉਹ ਔਨਲਾਈਨ ਹੋ ਰਹੀ ਹੈ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਇਸ ਵਾਰ ਨੂੰ ਵੇਖੋ ਪਿਛਲੇ ਦਿਨੀ ਅਸੀਂ 10ਵੀਂ ਦਾ ਅਤੇ 8ਵੀਂ ਦਾ ਰਿਜ਼ਲਟ ਆਊਟ ਕੀਤਾ ਸੀ ਜਿਨ੍ਹਾਂ ਦੇ ਵਿੱਚ ਪੇਪਰ ਨਹੀਂ ਹੋਏ ਸਨ ਪਰ ਉਹਨਾਂ ਨੂੰ ਇੰਟਰਨਲ ਅਸੈਸਮੈਂਟ ਦੇ ਆਧਾਰ ਉੱਪਰ ਉਹ ਰਿਜ਼ਲਟ ਕੱਢਿਆ ਗਿਆ ਸੀ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ 15 ਅਪ੍ਰੈਲ ਨੂੰ ਅਜਿਹੀ ਆਦੇਸ਼ ਦਿੱਤੇ ਸਨ ਕਿ 10ਵੀਂ ਦੀ ਜਿਹੜੀਆਂ ਪ੍ਰੀਖਿਆਵਾਂ ਕੈਂਸਲ ਕੀਤੀਆਂ ਜਾਂਦੇ ਤਾਂ ਇਸ ਇੰਟਰਨਲ ਅਸੈਸਮੈਂਟ ਦੇ ਆਧਾਰ ਦੇ ਉੱਪਰ ਜਿਹੜਾ ਹੈਗਾ ਰਿਜ਼ਲਟ ਕੱਢਿਆ ਜਾਏਗਾ ਉਹ ਅਸੀਂ ਰਿਜ਼ਲਟ 8ਵੀਂ ਔਰ 10ਵੀਂ ਦਾ ਪਿਛਲੇ ਦਿਨ ਕੱਢ ਚੁੱਕੇ ਹਾਂ ਔਰ ਅੱਜ ਅਸੀਂ 5ਵੀਂ ਦਾ ਜਿਹੜਾ ਹੈਗਾ ਰਿਜ਼ਲਟ ਕੱਢਿਆ ਜਿਸ ਦੇ 16 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਕੁੱਲ 6 ਪੇਪਰਾਂ ਦੇ ਵਿੱਚੋਂ 4 ਪੇਪਰ ਹੋਏ ਸਨ ਔਰ ਉਹਦੇ ਵਿੱਚ ਹਿੰਦੀ ਅੰਗਰੇਜ਼ੀ ਪੰਜਾਬੀ ਔਰ ਇਨਵਾਇਰਮੈਂਟ ਦਾ ਪੇਪਰ ਜਿਹੜਾ ਸੀ ਉਹ ਹੋਇਆ ਸੀ ਔਰ ਉਸ ਦੇ ਵਿੱਚ ਬਾਕੀ ਬਚਦੇ ਪੇਪਰਾਂ ਵਿੱਚੋਂ ਮੈਥ ਅਤੇ ਸਵਾਗਤ ਜ਼ਿੰਦਗੀ ਸੀ ਸਵਾਗਤ ਜ਼ਿੰਦਗੀ ਇੱਕ ਤਰ੍ਹਾਂ ਦਾ ਗ੍ਰੇਡ ਵਾਲਾ ਪਰਚਾ ਹੈ ਤਾਂ ਮੁੱਖ ਤੌਰ 'ਤੇ 4 ਪੇਪਰ ਹੋਏ ਜਿਸ ਦੇ ਆਧਾਰ ਵਿੱਚ ਅਸੀਂ ਇਹ ਰਿਜ਼ਲਟ ਜਿਹੜਾ ਕੱਢਿਆ ਔਰ ਰਿਜ਼ਲਟ ਬਹੁਤ ਹੀ ਅੱਛਾ ਰਿਹਾ ਔਰ ਉਹਦੀ ਜਿਹੜੀ ਪਾਸ ਪ੍ਰਤੀਸ਼ਤ ਦਾ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ 8ਵੀਂ ਦੇ ਵਿੱਚ ਜਿਹੜੇ ਬੱਚੇ ਅਪੀਅਰ ਹੋਏ ਉਹ 3,14,472 ਬੱਚੇ ਸਨ ਕੁੱਲ ਜਿਨ੍ਹਾਂ ਦੇ ਵਿੱਚੋਂ 3,13,712 ਬੱਚੇ ਪਾਸ ਹੋਏ ਹਨ ਤੋ ਇਸ ਪ੍ਰਕਾਰ ਜਿਹੜਾ ਰਿਜ਼ਲਟ 99.76 ਰਿਹਾ ਪਾਸ ਹੋਣ ਦਾ ਇਹਦੇ ਵਿੱਚ ਜਿਹੜੀਆਂ ਸਾਡੀਆਂ ਬੱਚੀਆਂ ਹਨ ਗਰਲ ਸਟੂਡੈਂਟ ਨੇ ਇਸ ਵਾਰ ਫਿਰ ਬਾਜ਼ੀ ਮਾਰੀ ਹਮੇਸ਼ਾ ਤਰ੍ਹਾਂ ਜਿਨ੍ਹਾਂ ਦੇ ਵਿੱਚੋਂ 1,48,828 ਬੱਚੀਆਂ ਦੇ ਨੇ ਇਹਦੇ ਵਿੱਚ ਅਪੀਅਰ ਹੋਈਆਂ ਜਿਨ੍ਹਾਂ ਦੇ ਵਿੱਚੋਂ 1,48,523 ਪਾਸ ਹੋਈਆਂ ਹਨ ਅਤੇ ਰਿਜ਼ਲਟ ਇਹਨਾਂ ਦਾ 99.80 ਰਿਹਾ ਇਸੇ ਪ੍ਰਕਾਰ ਬੱਚਿਆਂ ਮੁੰਡਿਆਂ ਦਾ ਜਿਹੜਾ ਰਿਜ਼ਲਟ ਹੈ ਉਹਦੇ ਵਿੱਚੋਂ 1,65,644 ਲੜਕੇ ਇੰਨੇ ਅਪੀਅਰ ਹੋਏ ਉਸ ਵਿੱਚੋਂ 1,65,199 ਪਾਸ ਹੋਣ ਅਤੇ ਨਤੀਜਾ ਜਿਹੜਾ 99.73% ਰਿਹਾ ਇਸੇ ਪ੍ਰਕਾਰ ਜਿਹੜਾ ਹੈਗਾ ਸ਼ਹਿਰੀ ਏਰੀਆ ਜਿਸ ਦੇ ਵਿੱਚੋਂ 85,320 ਬੱਚੇ ਅਪੀਅਰ ਹੋਏ ਉਹਨਾਂ ਵਿੱਚੋਂ 85,095 ਜਿਹੜੇ ਬੱਚੇ ਹੈਗੇ ਆ ਉਹ ਪਾਸ ਹੋਏ ਹਨ ਅਤੇ ਇਹਨਾਂ ਦਾ ਨਤੀਜਾ 99.74 ਰਿਹਾ ਔਰ ਪੇਂਡੂ ਏਰੀਏ ਦੇ ਵਿੱਚ 2,29,152 ਬੱਚੇ ਅਪੀਅਰ ਹੋਏ ਉਹਨਾਂ ਵਿੱਚੋਂ 2,28,617 ਬੱਚਿਆਂ ਜਿਹੜੇ ਹੈ ਉਹ ਪਾਸ ਹੋਏ ਹਨ ਔਰ 99.77% ਉਹਨਾਂ ਦੀ ਰਿਜ਼ਲਟ ਰਿਹਾ ਡਾਕਟਰ ਸਾਹਿਬ ਕਿਉਂਕਿ ਗੱਲ ਕਰੀਏ ਔਨਲਾਈਨ ਸਿੱਖਿਆ ਹੋ ਰਹੀ ਸੀ ਔਨਲਾਈਨ ਪੜ੍ਹਾਈ ਹੋ ਰਹੀ ਸੀ ਤਾਂ ਐਗਜ਼ਾਮੀਨੇਸ਼ਨ ਦਾ ਕੀ ਕ੍ਰਾਈਟੀਰੀਆ ਸੀਗਾ ਕਿਸ ਤਰੀਕੇ ਨਾਲ ਪ੍ਰੋਸੀਜਰ ਰੱਖਿਆ ਗਿਆ ਕੀ ਲਾਈਵ ਐਗਜ਼ਾਮੀਨੇਸ਼ਨ ਹੋਈ ਹੈ ਜਾਂ ਔਨਲਾਈਨ ਐਗਜ਼ਾਮੀਨੇਸ਼ਨ ਹੋਈ ਸੀਗੀ ਇਹ ਬਿਲਕੁਲ ਜਿਹੜੀ ਹੈਗੀ ਔਫਲਾਈਨ ਪੇਪਰ ਹੋਏ ਹਨ 3,18,000 ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੱਚੇ ਅਪੀਅਰ ਹੋਏ ਜਿਨ੍ਹਾਂ ਦੇ ਵਿੱਚੋਂ ਸਿਰਫ 19 ਬੱਚੇ ਸੀ ਜਿਨ੍ਹਾਂ ਦਾ ਅਸੀਂ ਥਰਮਲ ਸਕੈਨ ਰਹੇ ਜਾਂ ਜਿਹੜੇ ਬਿਮਾਰ ਬੱਚੇ ਹੋਏ ਉਹਨਾਂ ਨੂੰ ਅਸੀਂ ਵਾਪਸ ਭੇਜ ਦਿੱਤਾ ਸੀ ਜਿਹਨਾਂ ਨੂੰ ਵਿਦਨ ਦੋ ਮਹੀਨਿਆਂ ਦੇ ਵਿੱਚ ਅਸੀਂ ਦੁਬਾਰਾ ਅਸੀਂ ਮੌਕਾ ਦੇਵਾਂਗੇ ਇਸੇ ਪ੍ਰਕਾਰ 80 ਬੱਚੇ ਹੋਰ ਜਿਨ੍ਹਾਂ ਦੇ ਕੋਈ ਨੰਬਰ ਸਾਡੇ ਕੋਲ ਨਹੀਂ ਆਏ ਇਹਨਾਂ ਸਾਰੇ ਬੱਚਿਆਂ ਨੂੰ ਅਸੀਂ ਦੁਬਾਰਾ ਮੌਕਾ ਦੇਵਾਂ ਕਿਉਂਕਿ RTE ਦੇ ਤਹਿਤ 5ਵੀਂ ਅਤੇ 8ਵੀਂ ਦੇ ਬੱਚਿਆਂ ਨੂੰ ਅਸੀਂ ਪਾਸ ਔਰ ਫੇਲ ਦੀ ਕੈਟਾਗਰੀ 'ਚ ਨਹੀਂ ਵੇਖਦੇ ਇਹਨੂੰ ਪ੍ਰਮੋਟ ਅਤੇ ਨੋਨ ਪ੍ਰਮੋਟਡ ਜਿਹੜਾ ਉਸ ਦੇ ਵਿੱਚ ਵੇਖਿਆ ਜਾਂਦਾ ਤਾਂ ਇਸ ਲਈ ਅਸੀਂ ਉਹਨਾਂ ਨੂੰ ਮੌਕਾ ਦੇਵਾਂਗੇ ਔਰ ਬਾਕੀ ਸਾਰੇ ਜਿਹੜੇ ਇਹ ਸਾਡੇ ਕੋਲ ਬੱਚੇ ਹੋਏ ਉਹ ਬਿਲਕੁਲ ਮੈਡੀਕਲ ਪ੍ਰੋਟੋਕੋਲ ਦੇ ਤਹਿਤ ਔਰ ਬਿਲਕੁਲ ਜਿਹੜੀ ਹੈਗੀ ਹੈ 6-6 ਫੁੱਟ ਦੇ ਦੂਰੀ ਦੇ ਉੱਪਰ ਜਿਹੜੇ ਉਹ ਬੱਚਿਆਂ ਨੂੰ ਬਿਠਾਇਆ ਗਿਆ ਸੀ ਕਿਉਂਕਿ ਹਰ ਪ੍ਰਾਇਮਰੀ ਸਕੂਲ ਹੀ ਤੁਹਾਡਾ ਜਿਹੜਾ ਹੈ ਉਹ ਸੈਂਟਰ ਹੁੰਦਾ ਲਗਭਗ 18,000 ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਦਾ ਪੇਪਰ ਹੋਇਆ ਸੀ ਜਿਸ ਨੂੰ ਇਸ ਗੱਲਬਾਤ ਨੂੰ ਤੁਸੀਂ ਜਾਰੀ ਰੱਖੋ ਇਸ ਗੱਲਬਾਤ ਨੂੰ ਵੀ ਅਗਲਾ ਹਿੱਸਾ ਵੀ ਦਰਸ਼ਕਾਂ ਨੂੰ ਵਿਖਾਵਾਂਗੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨਹੀਂ ਤੁਸੀਂ ਬੜੇ ਰੋਜ਼ੀ ਮੀਡੀਆ ਦੇ ਨਾਲ ਸਤਿ ਸ਼੍ਰੀ ਅਕਾਲ